ਬੰਦਾ ਕਹਿੰਦੇ ਪੰਜ ਬੈਂਚ ਲਾਊਗਾ ਉਹਦੇ 500 ਰੁਪਏ ਲਵਾਂਗੇ, ਜਿਹੜਾ 10 ਬੈਂਚ ਲਾਊਗਾ ਉਸ ਤੋਂ 1000 ਰੁਪਏ ਲਵਾਂਗੇ। ਅਸੀਂ ਕਿਹਾ ਗਰੀਬ ਬੰਦੇ ਅਸੀਂ ਨਹੀਂ ਦੇ ਸਕਦੇ 100 ਰੁਪਏ ਬੈਂਚ। ਇਸੇ ਕਰਕੇ ਮੁੜ ਕੇ ਇਹਨਾਂ ਨੇ ਕੈਪਟਨ ਦੀ ਸਰਕਾਰ ਨੇ ਮਨਪ੍ਰੀਤ ਬਾਦਲ ਨੇ ਸਾਡੇ ਧੱਕਾ ਕੀਤਾ, ਸਾਡੀ ਅੱਡੇ ਚੁਕਾਏ ਨੇ ਤੇ ਕਹਿੰਦੇ 100 ਰੁਪਏ ਬੈਂਚ ਇਹ ਨਹੀਂ ਦਿੰਦੇ ਤੇ ਇਹਨਾਂ ਦੇ ਅਸੀਂ ਅੱਡੇ ਚੁੱਕੇ ਜਾਣ। ਮੁੜ ਕੇ DIV ਕਾਲਜ ਕੋਲੇ ਟੋਪਾ ਭਰਿਆ, ਕਹਿੰਦੇ ਨੇ ਉਹਨਾਂ ਦੇ ਅੱਡੇ ਇੱਥੇ ਚੁਕਾ ਕੇ ਉੱਥੇ ਭੇਜੋ। 5 ਸਾਲ ਪਹਿਲੇ ਸਾਡੇ ਅੱਡੇ ਸਦਰ ਵਿਹਾਰ ਚ ਚੁਕਾਏ, ਸਾਨੂੰ ਇੱਥੇ ਲੱਤ ਮਾਰੀ। ਅਸੀਂ ਆਪਦੇ 10 ਸਾਲ ਹੋ ਗਏ 15 ਸਾਲ ਇੱਥੇ ਅੱਡੇ ਬਣਾਏ ਤੇ ਸਾਨੂੰ ਹੁਣ ਇੱਥੋਂ ਲੱਤ ਮਾਰਦੇ ਪਏ। DIV ਕਾਲਜ ਕੋਲੇ ਟੋਪਾ ਭਰਦੇ ਪਏ, ਕਹਿੰਦੇ ਤੁਹਾਡੇ ਅੱਡੇ ਉੱਥੇ ਲਵਾਵਾਂਗੇ। ਉੱਥੇ ਵੀ ਕਹਿੰਦੇ ਕੀ ਗੱਲ ਖੋਲੀ ਇਹਨਾਂ ਨੇ, ਕਹਿੰਦੇ ਵੀ 100 ਰੁਪਏ ਬੈਂਚ ਛੋੜ ਤੇ ਪੈਸੇ ਪਰਚੀ ਕੱਟਾ ਕਰਾਂਗੇ, ਇੱਕ ਬੈਂਚ ਦੀ 100 ਰੁਪਏ ਪਰਚੀ। ਅਸੀਂ ਗਰੀਬ ਬੰਦੇ ਨਹੀਂ ਦੇ ਸਕਦੇ। ਹੁਣ ਕੀ ਮੰਗ ਕਰ ਰਹੇ ਹੋ ਤੁਸੀਂ? ਅਸੀਂ ਮੰਗਿਆ ਵੀ ਸਾਡੀ ਸੇਲ ਉਰੀ ਰਵੇ, ਅਸੀਂ ਸਾਡੀ ਸੇਲ ਅਸੀਂ ਉੱਥੇ ਸਾਨੂੰ ਸਦਰ ਬਾਜ਼ਾਰ ਚ ਪਹਿਲੇ ਲੱਤ ਮਾਰੀ ਇਹਨਾਂ ਨੇ, ਅਸੀਂ ਉੱਥੇ ਅੱਡੇ ਬਣਾਏ। ਹੁਣ ਸਾਨੂੰ 15 ਸਾਲ ਹੋ ਗਏ ਉਰੀ ਲੰਘ ਨੂੰ, ਉਰੇ ਅੱਡੇ ਸਾਡੇ ਬਣ ਗਏ, ਸਾਡੇ ਗਾਹਕ ਉੱਥੇ ਕਿਵੇਂ ਜਾਣਗੇ? ਸਾਡੇ ਉੱਥੇ ਗਾਹਕ ਕਿਵੇਂ ਜਾਣਗੇ? ਅਸੀਂ ਗਰੀਬ ਬੰਦੇ 1000 ਬੰਦਾ ਕਮਾਣ ਵਾਲਾ, ਮੇਰੇ ਦੁਕਾਨਦਾਰ ਜਿਹੜਾ ਉੱਥੇ ਮੰਗੋ ਵੀਰੇ, ਗੱਡੀਆਂ ਗੱਡੀਆਂ ਚੱਲ ਰਹੀਆਂ, ਲੱਤ ਮਾਰਦੇ ਆ, ਲੱਤ ਮਾਰਦੇ ਆ, ਗੱਡੀਆਂ ਗੱਡੀਆਂ ਕਿੱਥੇ ਚੱਲ ਰਹੀਆਂ? ਹੁਣ ਤੁਹਾਡਾ ਨਾ ਇਹ ਹੱਲ ਹੋਇਆ ਤਾਂ ਅਗਲਾ ਕੀ ਕਦਮ ਚੁੱਕਣ ਜਾ ਰਹੇ? ਅਸੀਂ ਕਦਮ ਚੁੱਕਣ ਜਾ ਰਹੇ ਵੀ ਅਸੀਂ ਸੰਡੇ ਸੇ ਲੱਤੀ ਲਾਵਾਂਗੇ, ਸਾਰਾ ਧਰਨਾ ਇੱਥੇ ਲੱਗਿਆ ਰਹੇਗਾ। ਨਹੀਂ ਅਸੀਂ ਸਾਸੀ ਅੱਗੇ ਹੋਰ ਵਧਾਵਾਂਗੇ ਕੰਮ। ਅਸੀਂ ਮੁੜ ਕੇ ਅਸੀਂ ਇਹ ਤਾਂ ਨਹੀਂ ਚੁੱਕਣ ਦਿੰਦੇ ਸੀ ਆਪਦੀ ਸੰਡੇ ਸੇ। ਕੀ ਕਹਿਣਾ ਚਾਹੋਗੇ ਜਿਹੜਾ ਇਹ ਧਰਨਾ ਲੱਗਿਆ ਸੀ, ਹੁਣ ਕੀ ਹੱਲ ਨਿਕਲੇ? ਸਾਡਾ ਸੋਲੂਸ਼ਨ ਹੋਇਆ ਜੀ ਕਿ ਮੇਨ ਸਾਨੂੰ ਪਾਰਕਿੰਗ ਦੀ ਪ੍ਰੋਬਲਮ ਆ ਰਹੀ ਹੈ, ਇੱਥੇ ਕਾਰਪੋਰੇਸ਼ਨ ਨਾਲ ਬੈਠ ਕੇ ਸਿਸਟਮ ਬਣਿਆ, ਇਹ ਇਹਨੂੰ ਕੰਜਸਟਡ ਕਰੀਏ। ਸੇਲ ਸੇਲ ਬਹੁਤ ਅੱਗੇ ਤੱਕ ਚਲੀ ਗਈ ਹੈ, ਹੁਣ ਥੋੜ੍ਹਾ ਟਾਈਟ ਕਰਕੇ ਕੰਜਸਟਡ ਕਰਕੇ ਸੈਟਿੰਗ ਕਰੀਏ ਕਿਸੇ ਵੀ ਤਰੀਕੇ ਨਾਲ, ਜਿਹੜੀ ਜਗ੍ਹਾ ਬਾਹਰ ਰੋਡ ਖਾਲੀ ਕਰਨਾ, ਇੱਧਰ ਆਊਟਰ ਖਾਲੀ ਕਰਨਾ, ਸਾਰਾ ਆਹ ਵਿਚਾਲੇ ਦਾ ਏਰੀਆ ਸਾਨੂੰ ਇਹਦੇ ਵਿੱਚ ਹੀ ਸੈਟਿੰਗ ਕਰਨੀ ਪਊ ਕਿਸੇ ਨਾ ਕਿਸੇ ਕਾਰਨ। ਅਗਰ ਨਹੀਂ ਕਰਦੇ ਤਾਂ ਸਾਨੂੰ ਉਹ ਜਗ੍ਹਾ ਇੱਥੋਂ ਬਾਜ਼ਾਰ ਬਦਲ ਰਿਹਾ ਸਾਡਾ, ਤੇ ਸਾਡੀ ਮਜਬੂਰੀ ਹੈ, ਅਸੀਂ ਬਾਜ਼ਾਰ ਨਹੀਂ ਬਦਲਾਂਗੇ, ਐਸੀ ਬਾਜ਼ਾਰ 'ਚ ਰਹਿਣਾ, ਉਹ ਸਾਡੀ ਦਿੱਕਤ। ਜਿਵੇਂ ਵੀ ਅਸੀਂ ਆਪਣੇ ਆਪ ਨੂੰ ਕੰਜਸਟਡ ਕਰ ਲਾਂਗੇ, ਟਾਈਟ ਕਰਕੇ ਬਹਿ ਜਾਂਗੇ। ਤੁਹਾਡੇ ਕਹਿਣ ਦਾ ਭਾਵ ਹੈ ਜਿੰਨੀ ਜਿਹੜੇ ਕਹਿਣਾ ਵੀ ਤੁਸੀਂ ਕੰਜਸਟਡ ਕਰ ਲਓ ਤੇ ਅਸੀਂ ਇੱਥੇ ਰਹਿਣ ਦਾ ਸੈਟਿੰਗ ਕਰੋ ਤੁਸੀਂ ਕਿਸ ਤਰੀਕੇ ਨਾਲ ਸੈਟਿੰਗ ਕਰੋ? ਕਿਸੇ ਕੋਈ ਪਰਚੀ ਮੁਰਚੀ ਦੀ ਗੱਲ ਤੇ ਨਹੀਂ? ਪਰਚੀ ਕੱਟਣ ਵਾਲੇ ਨਹੀਂ ਨਹੀਂ ਜੀ, ਕੋਈ ਹਾਲੇ ਫਿਲਹਾਲ ਕੋਈ ਹੈ ਨਹੀਂ, ਮੀਡੀਆ ਵਾਲੇ ਚੱਲ ਜਾਂਦੇ ਫਿਲਹਾਲ ਕੋਈ ਹੈ ਨਹੀਂ। ਇਹ ਵੀ ਹੈ ਵੀ ਜੀ ਦੇ ਅੱਡੇ ਦੇ ਕੋਲ ਕਿਸੇ ਨੇ